ਹੈਲੋ एवरीवन ਸਤਿ ਸ੍ਰੀ ਅਕਾਲ ਕਿਵੇਂ ਹੋ ਜੀ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵੈਗਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖੇ ਲਓ ਜੀ ਮਾਰਨਿੰਗ ਦਾ ਟਾਈਮ ਆ ਦਿਨ ਸੀਗਾ ਬੁੱਧਵਾਰ ਬੁੱਧਵਾਰ ਦਾ ਦਿਨ ਹੈ ਤੇ ਮਾਰਨਿੰਗ ਦਾ ਟਾਈਮ ਆ ਯੁਵਰਾਜ ਆਇਆ ਸੀ ਨਾ ਕੇ ਇਹਦੀ ਮੈਂ ਵੀਡੀਓ ਬਣਾਉਣ ਲੱਗ ਗਈ ਪਰ ਇਹ ਕਹਿੰਦਾ ਮम्मा ਮੈਂ ਚੱਲੇ ਆ ਜੀ ਤੁਸੀਂ ਮੇਰੀ ਵੀਡੀਓ ਬਣਾਉਨੇ ਹੋ ਮੈਂ ਕਹਿੰਦੀ ਨਹੀਂ ਨਹੀਂ ਥੋੜੀ ਜਿਹਾ ਬਣਾਉਂਗੀ ਨਾ ਇਹਨਾਂ ਮੈਂ ਇੰਨਾ ਕਹਿੰਦੀ ਆ ਵੀ ਸਵੇਰੇ ਸਵੇਰੇ ਨਾ ਨਾ ਅੱਜ ਖਾਮ ਕਰਕੇ ਹਨਾ ਪਰ ਇਹ ਨਹੀਂ ਮੰਨਦਾ ਹੈਗਾ ਮਾਂ ਦਾ ਪੁੱਤ ਮੇਰਾ ਮੰਮੀ ਨੇ ਨਾ ਇਹਨੂੰ ਕੰਬਲਕ ਛੋਟੀ ਜੀ ਪੂਰੀ ਸੀਗੀ ਜਿਹੜੀ ਉਹ ਕੱਢ ਕੇ ਦੇਤੀ ਕਹਿੰਦਾ ਮੰਮੀ ਕਹਿੰਦੇ ਵੀ ਤੂੰ ਇਹ ਲੈ ਕੇ ਆ ਜਾ ਕਰ ਯੂ ਵੀ ਬਾਥਰੂਮ ਦੇਖੋ ਸਾਡਾ ਵਾਸ਼ਰੂਮ ਹੈਗਾ ਜੀ ਬਾਹਰ ਉੱਥੋਂ ਜਾਪਾਂ ਨਾ ਕੇ ਆਉਣੇ ਇੱਕਦਮ ਹਵਾ ਪੈਂਦੀ ਹੈ ਫਿਰ ਵੀ ਗਰਮ ਬਣਨ ਨਾਤੇ ਹੁੰਨੇ ਆ ਤੇ ਉਸ ਤੋਂ ਬਾਅਦ ਜੀ ਉਹਨਾਂ ਨੂੰ ਤੋੜ ਕੇ ਮੈ ਲੱਗੀ ਸੀਗੀ ਆਪਣੇ ਅੱਜ ਜਿਹੜਾ ਸਾਡੇ ਫਰੰਟ ਤੇ ਹਨਾ ਮੂਰੇ ਆਹ ਬੈੱਡਰੂਮ ਆ ਉੱਥੇ ਕਲੀਨਿੰਗ ਕਰਨ ਉਦੀ ਸਫਾਈ ਕਰਨੋਂ ਰਹਿੰਦੀ ਸੀਗੀ ਹਜੇ ਮੈਂ ਕਿਹਾ ਚਲੋ ਇਹ ਵੀ ਕਲੀਨ ਕਰ ਦਈਏ ਲਓ ਜੀ ਇਹ ਵੀ ਆਪਾਂ ਕਰਤਾ ਐਨ ਕਲੀਨ ਹਨਾ ਇੱਥੇ ਟਾਈਮ ਜ਼ਿਆਦਾ ਲੱਗਿਆ ਕਿਉਂਕਿ ਦੇਖੋ ਜੀ ਇੱਥੇ ਸਮਾਨ ਘੱਟ ਆ ਚੀਜ਼ਾਂ ਜ਼ਿਆਦਾ ਨਹੀਂ ਹੈਗੀਆਂ ਬੈੱਡ ਤੇ ਸੋਫਾ ਹੀ ਆ ਵੀ ਬਾਕੀ ਹੋਰ ਕੋਈ ਜ਼ਿਆਦਾ ਸਮਾਨ ਹੈ ਨਹੀਂ ਮੈਂ ਕਿਹਾ ਚਲੋ ਇਹ ਵੀ ਕਰ ਦਈਏ ਪਹਿਲਾਂ ਤਾਂ ਮੇਰੀ ਹੋ ਗਈ ਸੀਗੀ ਵੀ ਅੱਜ ਰਹਿਣ ਦਿੰਨੀ ਅੱਜ ਥੋੜੀ ਜਿਹੀ ਰੈਸਟ ਕਰਦੇ ਆ ਆਪਾਂ ਪਰ ਫੇਰ ਦਿਲ ਨਹੀਂ ਮੰਨਿਆ ਮੈਂ ਕਿਹਾ ਨਹੀਂ ਵੀ ਜਿਵੇਂ ਪਹਿਲਾਂ ਇੱਕ ਵਾਰ ਵਿੱਚ ਹੀ ਰੋਕੋਗੀ ਨਾ ਵੀ ਫੇਰ ਨਹੀਂ ਦਿਲ ਕਰਨਾ ਹੈਗਾ ਬਸ ਹੁਣ ਇਹੀ ਰਹਿੰਦਾ ਸੀਗਾ ਜੀ ਇਹ ਤੇ ਬਾਥਰੂਮ ਵਗੈਰਾ ਧੋਣ ਤੋਂ ਮੇਰੇ ਟੱਬ ਟੱਬ ਸਾਰਾ ਕੁਝ ਜਿਹੜੇ ਸੀਗਾ ਇਹੀ ਸੀ ਮੈਂ ਕਿਹਾ ਮੈਂ ਅੱਜ ਸਾਰਾ ਖਤਮ ਕਰਨਾ ਹੀ ਕਰਨਾ ਆਪਣੇ ਆਪਣਾ ਸਵੇਰੇ ਚੈਲੰਜ ਕਰ ਲਿਆ ਸੀ ਜੀ ਮੈਂ ਆਪਣੇ ਮਨ 'ਚ ਜਿਵੇਂ ਬਣਾ ਲਿਆ ਸੀਗਾ ਵੀ ਅੱਜ ਮੈਂ ਇਹ ਚੀਜ਼ਾਂ ਜਿਹੜੀਆਂ ਮਾਈਂਡ 'ਚ ਰੱਖ ਲਈਆਂ ਵੀ ਇਹ ਖਤਮ ਕਰਨੀ ਹੀ ਕਰਨੀਆਂ ਨੇ ਇਦਾਂ ਕਰਨਾ ਜੇ ਤੁਸੀਂ ਵੀ ਕਰਕੇ ਦੇਖਿਓ ਹਨ ਜੇ ਆਪਾਂ ਕੋਈ ਵੀ ਗੱਲ ਦਿਮਾਗ 'ਚ ਪਾਉਨੇ ਆ ਵੀ ਆਹ ਕੰਮ ਕਰਨਾ ਹੀ ਕਰਨਾ ਤਾਂ ਉਹ ਹੋ ਜਾਂਦਾ ਹੈ ਬਹੁਤ ਜਲਦੀ ਫਿਰ ਹੋ ਜਾਂਦਾ ਹੈ ਤੇ ਖਿੜਕੀਆਂ ਖੁੜਕੀਆਂ ਇਹ ਵੀ ਮੈਂ ਤੁਹਾਨੂੰ ਦੱਸਾਵੇਂ ਵੀ ਮੈਂ ਪਾਣੀ ਨਾਲ ਨਹੀਂ ਸੀ ਧੋਤੀਆਂ ਪਹਿਲਾਂ ਇਹਨਾਂ ਤੇ ਸੁੱਕੀ ਲੀਰ ਫੇਰ ਕੇ ਹਨ ਝਾੜੂ ਨਾਲ ਫਿਰ ਉਸ ਤੋਂ ਬਾਅਦ ਗਿੱਲੇ ਕੱਪੜੇ ਨਾਲ ਸਾਫ਼ ਕਰਤਾ ਸੀਗਾ ਪਾਣੀ ਦਾ ਦੇਖੋ ਜੀ ਮੈਨੂੰ ਜਿਆਦਾ ਆਏ ਹੁੰਦਾ ਵੀ ਪਾਣੀ ਨਾਲ ਜਿਆਦਾ ਇੱਕ ਤਾਂ ਦੇਖੋ ਟਾਈਮ ਲੱਗਦਾ ਇੱਕ ਪਾਣੀ ਬਰਬਾਦ ਹੁੰਦਾ ਏ ਵੀ ਇੰਨਾ ਕਰਦਾ ਚਲੋ ਹੁੰਦਾ ਵੀ ਨਹੀਂ ਹਨਾ ਜਿਵੇਂ ਆਪਾਂ ਸਾਫ਼ਤਾ ਕਰਦੇ ਹੀ ਰਹਨੇ ਆ ਜੀ ਇੰਨੀਆਂ ਹਨਾ ਐ ਤਾਂ ਹੁਣ ਅੱਗੇ ਹੁੰਦਾ ਸੀ ਵੀ ਦਿਵਾਲੀਆਂ ਵੇਲੇ ਜਿਆਦਾ ਆਪਾਂ ਸਫਾਈ ਕਰਦੇ ਸੀ ਵੀ ਡੀਪ ਕਲੀਨਿੰਗ ਜਿਹਨੂੰ ਆਪਾਂ ਜਿਆਦਾ ਕਹਿ ਦਿੰਨੇ ਆ ਹੁਣ ਤਾਂ ਦੇਖੋ ਜੀ ਮੇਰੀਆਂ ਭੈਣਾਂ ਵਿਚਾਰੀਆਂ ਹਰ ਰੋਜ਼ ਹੀ ਲੱਗੀਆਂ ਰਹਦੀਆਂ ਨੇ ਦੋ ਤਿੰਨ ਘੰਟੇ ਆਪਾਂ ਮਾਰਨਿੰਗ ਦੇ ਸਫਾਈ ਨੂੰ ਦਿਨੇ ਹੀ ਦਿਨੇ ਆ ਸਾਰੀਆਂ ਭੈਣਾਂ ਨੇ ਜਿਹੜੀਆਂ ਮੇਰੀਆਂ ਕਿਉਂਕਿ ਹਰ ਇੱਕ ਨੂੰ ਦੇਖੋ ਜੀ ਹੁਣ ਸਫਾਈ ਦਾ ਸ਼ੌਕ ਆ ਅੱਗੇ ਹੁੰਦਾ ਚਲੋ ਅੱਗੇ ਵੀ ਸੀ ਪਰ ਅੱਗੇ ਇਹ ਹੁੰਦਾ ਸੀ ਦੇਖੋ ਜੀ ਕੰਮਕਾਰ ਜ਼ਿਆਦਾ ਹੁੰਦੇ ਸੀ ਅੱਗੇ ਖੇਤੀਆਂ ਜ਼ਿਆਦਾ ਕਰਦੇ ਸੀ ਲੋਕ ਹਨਾ ਵੀ ਖੇਤੀਬਾੜੀ ਦਾ ਕੰਮ ਹੋ ਜਾਂਦਾ ਸੀ ਤਾਂ ਕਰਕੇ ਸਫਾਈ ਵੱਲ ਘੱਟ ਧਿਆਨ ਦੇ ਹੁੰਦਾ ਸੀ ਵੀ ਜਿੰਨੀ ਕੁ ਹੋ ਗਈ ਠੀਕ ਆ ਖੇਤਾਂ 'ਚ ਕੰਮ-ਕੁਮ ਕਰਨਾ ਪੈਂਦਾ ਸੀ ਪਿੰਡਾਂ ਦੇ ਲੋਕਾਂ ਤਾਂ ਜੇ ਇਦਾਂ ਹੀ ਹੁੰਦਾ ਸੀ ਸਾਨੂੰ ਅੱਗੇ ਕੱਚੇ ਘਰ ਹੁੰਦੇ ਸੀਗੇ ਉਹਨਾਂ ਨੂੰ ਲਿਪ ਲਓ ਉਹ ਤਾਂ ਅੰਮ੍ਰੀਨੇ ਮਿਲਦਾ 2 ਮਹੀਨੇ ਬਾਅਦ ਮੰਮੀ ਹੱਸਦੇ ਹੁੰਦੇ ਨੇ ਕਹਿੰਦੇ 2 ਮਹੀਨੇ ਬਾਅਦ ਮੇਰੀ ਦਾਦੀ ਦਸ ਦਿੰਦੀ ਸੀ ਮੰਮੀ ਉਹਨਾਂ ਨੇ ਤਾਂ ਚਲੋ ਇਹਨਾਂ ਦੇਖਿਆ ਨਹੀਂ ਹੈਗਾ ਦਾਦੀ ਮਾਂ ਮੇਰੀ ਕਹਿੰਦੀ ਹੁੰਦੀ ਸੀ ਕਹਿੰਦੀ ਅਸੀਂ ਤਾਂ 2 ਮਹੀਨੇ ਬਾਅਦ ਲਿਪਦੇ ਹੁੰਦੇ ਸੀਗੇ ਬੱਚੇ ਸਾਰੇ ਤਾਂ ਕਹਿੰਦੇ ਕਈ ਵਾਰ ਚਟਨੀਓ ਬਣਾ ਲੈਣੀ ਉਹਦੇ ਨਾਲੇ ਸਾਰਿਆਂ ਨੇ ਰੋਟੀ ਖਾ ਲੈਣੀ ਹੁਣ ਤਾਂ ਜੀ ਆਪਣੇ ਦਿਹਾੜੀ ਦੇ ਵਿੱਚ ਡੇਲੀ ਦੇ ਵਿੱਚ 4-4 ਤਾਂ ਸਬਜ਼ੀਆਂ ਬਣਦੀਆਂ ਨੇ ਕਈ ਵਾਰ ਤਾਂ ਯੂਵੀ ਕਹੂਗਾ ਇਹ ਨਹੀਂ ਖਾਣੀ ਫਿਰ ਉਹਦੇ ਡੈਡੀ ਨੂੰ ਅੱਡ ਬਣਾਉਣੇ ਪੈਂਦੇ ਉਹਨੂੰ ਅੱਡ ਬਣਾਉਣੇ ਪੈਂਦੀ ਹੈ ਸਾਰਿਆਂ ਦਾ ਅੱਡ ਅੱਡ ਆਪਣਾ ਸਿਸਟਮ ਆ ਅੱਗੇ ਤੇ ਇੱਕ ਚਟਨੀ ਬਣਾਈ ਸਾਰੇ ਬੱਚੇ ਉਹਦੇ ਨਾਲੇ ਰੋਟੀ ਖਾ ਲੈਂਦੇ ਸੀਗੇ ਇਹ ਮੇਰੀ ਦਾਦੀ ਦੱਸਦੀ ਹੁੰਦੀ ਸੀਗੇ ਸਾਨੂੰ ਗੱਲਾਂ ਜੀ ਤੇ ਲਾ ਜੀ ਆਪਣਾ ਸਾਰਾ ਮੈਂ ਛੱਤ ਵਗੈਰਾ ਵੀ ਝਾੜ ਲਈ ਖਿੜਕੀਆਂ ਸਾਰੀਆਂ ਸਾਫ਼ ਕਰ ਲਈਆਂ ਪੱਖਾ ਵੀ ਕਰ ਲਿਆ ਸੀਗਾ ਤੇ ਹੁਣ ਲੱਗੀ ਸੀਗੀ ਆ ਸੋਫਾ ਹਾਈ ਜਿਹੜਾ ਸੋਫਾ ਤਾਂ ਨਹੀਂ ਇਹਨੂੰ ਕਹਿੰਦੇ ਹੈਗੇ ਇਹਨੂੰ ਸ਼ਾਇਦ ਕਹਿੰਦੇ ਨੇ ਅ ਪੀੜਾ ਸੱਟ ਕਹਿੰਦੇ ਹੁੰਦੇ ਨੇ ਸ਼ਾਇਦ ਮੰਮੀ ਕਹਿੰਦੀ ਹੁੰਦੀ ਹੈ ਹਨਾ ਇਹਨੂੰ ਸਾਫ਼ ਕਰਕੇ ਮਮੀ ਦੇ ਵਿਆਹ ਦਾ ਜੀ ਇਹ ਮੇਰੀ ਦੇ ਸਾਸੂ ਮਾਂ ਦੇ ਵਿਆਹ ਦਾ ਏ ਤੇ ਇਹਨੂੰ ਅਸੀਂ ਇੱਕ ਵਾਰ ਪਰ ਦਵਾਰਾ ਚ ਠੀਕ ਕਰਾ ਲਿਆ ਸੀਗਾ ਇਹ ਸੀਟ ਜਿਹੜੀਆਂ ਗੱਦੀਆਂ ਗੁੱਦੀਆਂ ਨੇ ਟਟਕੀਆਂ ਸੀਗੀਆਂ ਦਵਾਰਾ ਚ ਅਸੀਂ ਕਰਾਇਆ ਸੀਗਾ ਠੀਕ ਤੇ ਹੁਣ ਇਹਨੂੰ ਵੀ ਆਪਾਂ ਕਰ ਦਾਂਗੇ ਕਲੀਨ ਪਰਦੇ ਲਾ ਕੇ ਮੈਂ ਸਵੇਰੇ ਧੋਣ ਨੂੰ ਪਾਤੀ ਸੀਗੀ ਮਸ਼ੀਨ 'ਚ ਉਹ ਹੁਣ ਮੈਂ ਸਵੇਰੇ ਧੋਣ ਧਵਾਈ ਦਾ ਕੰਮ ਸਵੇਰੇ ਕਰ ਲੈਣੀ ਹਿੱਨੀ ਆ ਤੇ ਹੁਣ ਲੱਗ ਗਈ ਸੀਗੀ ਝਾੜੂ ਲਾਉਣ ਮੈਂ ਕਿ ਉਸ ਤੋਂ ਬਾਅਦ ਲਾਉਣਿਆ ਚਲੋ ਆਪਾਂ ਪੋਚਾਂ ਇੱਥੇ ਜ਼ਿਆਦਾ ਟਾਈਮ ਨਹੀਂ ਸੀ ਲੱਗਿਆ ਮੈਨੂੰ ਕਰਨ ਨੂੰ ਜੀ ਸਿਰਫ ਮੈਨੂੰ 2 ਘੰਟੇ ਹੀ ਲੱਗੇ ਸੀਗੇ ਇਹ ਰੂਮ 'ਚ ਜ਼ਿਆਦਾ ਨਹੀਂ ਸੀ ਲੱਗੇ 2 ਘੰਟੇ 'ਚ ਇਹ ਮੇਰਾ ਸਾਰਾ ਕੰਮ ਹੋ ਗਿਆ ਸੀਗਾ ਲਗਭਗ ਲਓ ਜੀ ਇੱਥੇ 11:30 11:11 ਦਾ ਟਾਈਮ ਆਪਾਂ ਅੱਜ ਸਫਾਈ ਕਰਕੇ ਹਟਿਆ ਮੂਲੇ ਬੈੱਡਰੂਮ ਦੀ ਜਿਹੜੇ ਦੀ ਇਹ ਰਹਿ ਗਿਆ ਸੀਗਾ ਇੱਕ ਹਨਾ ਇਹਦੀ ਆਪਾਂ ਦੇਖੋ ਕਰਤੀ ਆਣ ਲਓ ਜੀ ਗੱਦਾ ਮੇਰੇ ਧੁੱਪਾਂ ਸਿੱਟੇ ਹਾਇਨੇ ਚੱਕ ਕੇ ਤੇ ਕਿਹੜੇ ਪਰਦੇ ਸੀ ਖਿੜਕੀਆਂ ਦੇ ਉਹ ਵੀ ਉਤਾਰੇ ਹੋਏ ਨੇ ਪਰਦੇ ਲਾਇਆ ਕਰਕੇ ਨੇ ਰਹਿਣਾ ਲੱਗਦਾ ਵੀਡੀਓ ਚ ਆਉਂਦਾ ਏ ਤੇ ਬਾਕੀ ਸਾਰੇ ਪੱਖਾ-ਪੁੱਖਾ ਸਾਫ਼ ਕਰਤਾ ਏ ਸਾਰਾ ਆਪਾਂ ਕਰਤਾ ਹੁਣ ਇਹਨਾਂ ਧੁੱਪਾਂ ਲੱਗੀਆਂ ਤੇ ਗੱਦਿਆਂ ਨੂੰ ਫੇਰ ਉਹ ਕਰਾਂਗੇ ਅ ਤੇ ਪਰਦੇ ਧੋਤੇ ਪਏ ਨੇ ਦਿਖਾਉਣੀ ਆ ਤੁਹਾਨੂੰ ਆਹ ਦੇਖੋ ਜੀ ਪਰਦੇ 31 ਵਾਰ ਨਾ ਸਫਾਈ ਕਰਨ ਲੱਗੀ ਨੇ ਪਹਿਲਾਂ ਇੱਕ ਰੂਲ ਬਣਾ ਕੇ ਰੱਖਿਆ ਵੀ ਕੱਪੜੇ ਉੱਠਦੀ ਨਹੀਂ ਧੋਣੇ ਨੇ ਨਹੀਂ ਫਿਰ ਅਲਝ ਜਾਂਦੀ ਸੀ ਕਿ ਤਾਂ ਕਰਕੇ ਹੁਣ ਹੋਰਾਂ ਨਹੀਂ ਅਲਝੀ ਹੈ ਜੀ ਦੇਖੋ ਪਰਦੇ ਧੋਤੇ ਤੇ ਗੱਦੇ ਆਪਣੇ ਉਹ ਤਪਾਂ ਸਿੱਟੇ ਹੋਏ ਨੇ ਇਹਨਾਂ ਨੂੰ 2 ਘੰਟੇ ਹੋ ਗਏ ਮੇਰਾ ਸਿੱਟਿਆਂ ਨੂੰ 2 ਘੰਟਿਆਂ ਦੀ ਹੋਰ ਤਪ ਪਲਵਾਵਾਂਗੇ ਹਜੇ ਹੁਣ ਕਰਕੇ ਹਟੀਆਂ ਮੈਂ ਵਾਸ਼ਰੂਮ ਵਗੈਰਾ ਉਹ ਕਲੀਨ ਕਰਕੇ ਹਟੀਆਂ ਉੱਪਰ ਉਹਨਾਂ ਦੀ ਸਫਾਈ ਸੁਵੀ ਕਰਕੇ ਤੇ ਅੱਜ ਮੰਮੀ ਵੀ ਕੰਮ ਲਈ ਹਈ ਆ ਲਓ ਜੀ ਆ ਲਓ ਹਾਂ ਤੇ ਘਰ ਦੀ ਨਹੀਂ ਹੈਗੀ ਮੰਮੀ ਵੀ ਅੱਜ ਮੈਂ ਕੰਮ ਲਾਤੀ ਮੈਂ ਕਿਹਾ ਤੂੰ ਮੇਰੇ ਨਾਲ ਆਹ ਟੱਬ ਟੱਬ ਮਾਂਜ ਬੈਠ ਕੇ ਕਰ ਸਫਾਈ ਲਾ ਦੇ ਜੋਰ ਜਿੰਨਾ ਹੈਗਾ ਲਾ ਦੇ ਚੱਲ ਗਈ ਨਾ ਗੱਲ ਤੇ ਉਹ ਜਿਲੀ ਵੀ ਜੀ ਆਪਾਂ ਲਾ ਲਈ ਸੀਗੀ ਫਰਨੈਲ ਪਾ ਕੇ ਉਹ ਦੇਖੋ ਪਰ ਨਾ ਫਰਸ਼ ਆ ਜਿਹੜਾ ਉਹ ਹੋ ਗਿਆ ਗਲੀਆਂ ਗਲੀਆਂ ਜੀਆਂ ਹੋ ਗਈਆਂ ਪਤਾ ਨਹੀਂ ਤਾਂ ਉਹ ਜਿਹੜਾ ਫਰਨੈਲ ਹੁੰਦਾ ਫਿਰ ਵੀ ਟਾਇਲ ਤੇ ਹੀ ਪੈਂਦਾ ਜੀ ਇਹ ਸਿੰਪਲ ਫਰਸ਼ ਤੇ ਮੈਨੂੰ ਲੱਗਦਾ ਠੀਕ ਨਹੀਂ ਰਹਿੰਦਾ ਹੈਗਾ ਸਾਨੂੰ ਪਤਾ ਨਹੀਂ ਸਾਨੂੰ ਇਹ ਬਹਿਵਾ ਸੱਸ ਨੂੰ ਉਹਨੂੰ ਵੀ ਗਲੀਆਂ ਗਲੀਆਂ ਜੀਆਂ ਹੋ ਗਈਆਂ ਲੱਗਦੀਆਂ ਨੇ ਮਮੀ ਹੈਨਾ ਤੇ ਬਹਿਵੇਂ ਹੋਇਆ ਉਦੋਂ ਹੁਣ ਠੀਕ ਲੱਗਦਾ ਤੱਕ ਲੱਗਦਾ ਹੈ ਫਰਕ ਹੈਗਾ ਥੋੜਾ ਜਿਹਾ ਉਫਣੇ ਉਫਣਿਆ ਜਿਹਾ ਲੱਗਦਾ ਏ ਥੋੜਿਆਂ ਜਾਂ ਵਾਂਗੂ ਹੋ ਗਿਆ ਫਰਸ਼ ਦੇ ਥੋੜੇ ਨਿਕਲੇ ਆ ਮੰਮੀ ਯਾਰ ਮਗਨ ਹੋਈ ਪਈ ਆ ਬਾਗ ਪਿੱਛ ਇਹ ਬਾਲਟੀ ਜਿਹੜੀ ਆ ਪਾ ਅੰਦਰ ਪਾਣੀ ਧਰਦੇ ਹੁੰਨੇ ਆ ਭਰ ਕੇ ਜਿਉ ਉਹ ਆ ਉਹ ਧੋਣ ਲੱਗੀ ਆ ਤੇ ਟਾਬੂ ਵੀ ਧੋਣਗੇ ਮੰਮੀ ਆਹ ਟਾਬੂ ਵਗੈਰਾ ਨੇ ਜਿਹੜੇ ਉਹਨੇ ਕ ਧੋ ਦੇਣਗੇ ਮੈਂ ਜਾਨੂੰ ਵਾਸ਼ਰੂਮ ਵਗੈਰਾ ਕਲੀਨ ਕਰ ਲੂੰਗੀ ਤੇ ਬਾਲ ਧੋਣੀਆਂ ਅੱਜ ਕਿੰਨੇ ਦਿਨ ਹੋ ਗਏ ਬਾਲ ਵੀ ਨਹੀਂ ਧੋਤੇ ਹੈਗੇ ਸਿੰਦੂ ਉਰਦੰਦਾਈ ਪਾਇਆ ਹੈ ਮੇਰੇ ਜਿੱਦਾਂ ਦਾ ਵਰਤ ਵਾਲੇ ਦਿਨ ਦਾ ਉਦੋਂ ਨਾਤੀ ਸੀਗੀ ਮੈਂ ਸਿਰੇ ਸਿਰੇ ਕਿੰਨੇ ਦਿਨ ਹੋ ਗਏ ਅੱਜ ਹੈ ਨਾ ਉਦੋਂ ਬਾਤ ਉਹ ਨਾ ਲਈ ਸੱਚ ਬਾਹਲ ਧੋਲੇ ਹਾਂ ਬਾਹਲ ਧੋਲੇ ਸੀ ਜਦ ਦਵਾਰਾ ਭਰੇ ਸੀ ਜਿੱਦ ਨੇ ਰਤਨਪੜ ਨੂੰ ਜਾਣ ਤੋਂ ਹਨ ਇੱਕ ਦਿਨ ਜਿੱਦਣ ਉਸ ਦਿਨ ਇਹ ਪਤਾ ਰਤਨਪੜ ਨੂੰ ਗਈ ਸੀ ਜਿੱਦਣ ਉਸ ਦਿਨ ਪਰਕੇ ਗਈ ਸੀ ਨਾਲੇ ਨਾਲੇ ਸੁੱਲ ਗਈ ਮੈਂ ਵੀ ਕਹਾ ਵੀ ਵਰਤਨ ਤਾਂ ਕਿੰਨੇ ਦਿਨ ਹੋ ਗਏ ਵਰਤਨ ਤਾਂ ਹੋ ਗਿਆ ਅੱਜ ਹਫਤਾ ਬੁੱਧਵਾਰ ਅੱਜ ਹੈ ਨਾ ਹਾਂ ਬੁੱਧਵਾਰ ਤੋਂ ਬੁੱਧਵਾਰ ਹੈ ਅਮਨ ਮੇਨੇ ਜਵਾਬ ਦਿੰਦੀ ਹੈਗੀ ਤੇ ਆਪਣੇ ਧਨੀਆ ਪਾਲਕ ਤੇ ਆ ਧਨੀਆ ਪਾਲਕ ਦੇ ਖੁਦ ਮੈਂ ਇੱਥੇ ਤੋੜ ਲੈ ਸੀਗੇ ਧਨੀਆ ਹਜੇ ਘੱਟ ਹੋਇਆ ਪਾਲਕ ਤਾਂ ਹੋ ਗਈ ਵਧੀਆ ਹੁਣ ਸਾਗ ਬਣਾਉਣਾ ਇੱਕ ਦਿਨ ਮੈਂ ਦੇਖਦੀ ਆ ਆ ਦਿਵਾਲੀ ਨਿੰਗੀ ਤੇ ਹੀ ਬਣਾਉਂਗੀ ਜੇ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਦੇਖ ਲਾਂਗੇ ਵਿੱਚ ਕੀ ਲੋਟ ਲੱਗਿਆ ਅੱਜ ਆਉਣੇ ਨੇ ਆਪਣੇ ਗੈਸਟ ਮਲਾਉਣੀ ਆ ਤੁਹਾਨੂੰ ਕਿਹੜੇ ਗੈਸਟ ਨੇ ਸ਼ਾਮ ਨੂੰ ਆਉਣਗੇ ਵੀ ਕੌਣਾ ਦਾ ਐ ਕੰਮ ਕੋ ਮ ਸਾਧਰੇ ਮ ਕਾ ਕੇ ਅੱਜ ਬੇਲੀ ਹੋ ਜਾਣਾ ਵੀ ਉਹਨਾਂ ਨਾਲ ਗੱਲਾਂ ਮਾਰਨ ਨੂੰ ਫਿਰ ਆਪਾਂ ਸਾਰੇ ਕੰਮ ਪਹਿਲਾਂ ਪਹਿਲਾਂ ਖਤਮ ਕਰ ਲੈਣੇ ਨੇ ਤਿਆਰੀਆਂ ਸਾਰੀਆਂ ਕਰ ਲੈਣੀਆਂ ਨੇ ਬਣੇ ਰਹੋ ਵੀਡੀਓ ਚ ਨਾਲ-ਨਾਲ ਅੱਗੇ ਤੁਹਾਨੂੰ ਪਤਾ ਲੱਗੂਗਾ ਵੀ ਕੌਣ ਆਉਂਦਾ ਤਾਂ ਹੀ ਮੇਰੀ ਮੰਮੀ ਅੱਜ ਨਾਲ ਬਾਲਟੀਆਂ ਤੇ ਜ਼ੋਰ ਲਾਉਣ ਲੱਗੀ ਹੋਈ ਅੱਜ ਅੱਗੇ ਨਹੀਂ ਆਉਣਗੇ ਅੱਜ ਮੈਂ ਅੱਜ ਅੱਜ ਨਮੀਆਂ ਮੰਜਣੀਆਂ ਨੇ ਬਸ ਅੱਜ ਨਮੀਆਂ ਮੰਜਣੀਆਂ ਅੱਜ ਇੱਕ ਸਪੈਸ਼ਲ ਗੈਸਟਾਂ ਨੇ ਆਉਣਾ ਉਜਵਾਈ ਸਫਾਈ ਜਿਆਦਾ ਉਹਨਾਂ ਨੂੰ ਪਸੰਦ ਆ ਨਾ ਜਿਹੜੇ ਗੈਸਟ ਆਉਣ ਅੱਜ ਆਪਣੇ ਗੈਸਟ ਜਿਆਦਾ ਸਫਾਈ ਕਰਦੇ ਨੇ ਜੀ ਉਹ ਆਪਾਂ ਤਾਂ ਜਿਆਦਾ ਸਫਾਈ ਕਰ ਰਹੇ ਆ ਥੋੜੀ ਜੀ ਮੁਖਾਲ ਕਰਦੀਆਂ ਜੀ ਮੈਂ ਤਾਂ ਹਨਾ ਵੈਸੇ ਇਹ ਆਪਣੇ ਟੱਬ ਬਾਲਟੀਆਂ ਰਹਿ ਗਏ ਸੀਗੇ ਇਹ ਤੇ ਇੱਕ ਕੁਰਸੀਆਂ ਵੀ ਰਹਿੰਦੀਆਂ ਨੇ ਹਜੇ ਮੰਮੀ ਆਪਣੀ ਉਤੋਂ ਉਹ ਤਾਂ ਹੁਣ ਕੱਲ ਨੂੰ ਤੋਦੂੰ ਹੌਸਲਾ ਨਹੀਂ ਛੱਡਣਾ ਸੀ ਕਰੀ ਜਾਂਦੇ ਆ ਜੀ ਰੋਜ਼ ਹੋਰ ਹੋਰ ਹੀ ਤਾਂ ਹੀ ਤਾਂ ਅੱਜ ਮੰਮੀ ਵੀ ਨਾਲ ਲਾਦੀ ਮੈਂ ਕਹਾਜਾ ਹੁਣ ਤੂੰ ਵੀ ਬੈਠਣਾ ਪਹਿਲਾਂ ਆਪਾਂ ਦੋਨੇ ਕਰਕੇ ਫੇਰ ਬੈਠਾਂਗੇ ਸਰੋ ਜੀ ਹੁਣ ਮੈਂ ਗੱਲਾਂ ਘੱਟ ਮਾਰ ਕੇ ਪਹਿਲਾਂ ਕਰ ਲਵਾਂ ਕੰਮ ਫੇਰ ਮਿਲਦੇ ਹਾਂ ਹੁਣ ਅੱਜ ਤੁਹਾਨੂੰ ਸ਼ਾਮ ਸਾਰੇ ਕੰਮ ਖਤਮ ਕਰਕੇ ਜੀ ਉਸ ਤੋਂ ਬਾਅਦ ਮੈਂ ਨਾਤੀ ਤੋਤੀ ਤੇ ਫਿਰ ਥੋੜਾ ਜਿਹਾ ਚਰ ਕਰੀ ਰੈਸਟ ਆ ਯੁਵਰਾਜ ਦੇ ਆਉਣ ਤੋਂ ਬਾਅਦ ਦਾ ਟਾਈਮ ਆ ਯੁਵਰਾਜ ਨੂੰ ਖਾਣ ਪੀਣ ਨੂੰ ਦਿੱਤਾ ਸੀ ਅੱਜ ਫਰੂਟੇ ਕੱਟੇ ਸੀਗੇ ਪਲੇ ਖਾਣਾ ਸੀਗਾ ਮੈਨੂੰ ਕਹਿ ਕੇ ਗਿਆ ਸੀ ਉਹ ਸਵੇਰੇ ਤੇ ਉਹਨੂੰ ਦੇ ਕੇ ਉਸ ਤੋਂ ਬਾਅਦ ਮੈਂ ਲੱਗੀ ਸੀ ਅੱਜ ਮੈਂ ਵਾਲ ਧੋਤੇ ਸੀਗੇ ਸਿਰ ਪੈਰਾਂ ਤੋਂ ਨਾਪੀ ਹੋਈ ਸੀ ਮੈਂ ਕਿਹਾ ਚਲੋ ਹੁਣ ਮੈਂ ਆਪਣਾ ਜਿਹੜਾ ਮੰਦਰ ਆ ਹਨਾ ਇਹ ਵੀ ਜਿੱਥੇ ਮੈਂ ਜੋਤ ਲਾਉਣੀ ਆ ਵੀ ਉਹ ਵੀ ਸਾਫ਼ ਕਰ ਲਵਾਂ ਹਨਾ ਇਹ ਰਹਿੰਦਾ ਸੀ ਜੀ ਸਭ ਤੋਂ ਵੱਡਾ ਕੰਮ ਹਨਾ ਇਹ ਮੈਂ ਉਸ ਦਿਨ ਦੀ ਨਹੀਂ ਤਾਂ ਨਹੀਂ ਕਰਿਆ ਹੈਗਾ ਮੈਨੂੰ ਇਹ ਸੀ ਮੈਂ ਵਾਲ ਧੋ ਕੇ ਜਿੱਦਣ ਐਣ ਸਿਰ ਪੈਰਾਂ ਤੋਂ ਸੁੱਚੀ ਹੂੰ ਪੂਰੀ ਨਾਤੀ ਧੋਤੀ ਹੋਊਂਗੀ ਫੇਕ ਕਰੂੰਗੀ ਹੁਣ ਮੈਂ ਇਹ ਲੱਗਦੀ ਸੀ ਮੈਂ ਕਿ ਮੋਂ ਪਹਿਲਾਂ ਮੈਂ ਇਹ ਸਾਫ਼ ਕਰ ਦਵਾਂ ਵੀ ਫੇਰ ਕਿਚਨ 'ਚ ਵੜਦੀਆਂ ਹੋਰ ਕੋਈ ਕੰਮ ਕਰਦੀਆਂ ਹਨਾ ਜਿਉਂ ਰਾਜ ਨੂੰ ਮੈਂ ਦੇ ਦਿੱਤਾ ਸੀ ਜਿਵੇਂ ਤੁਹਾਨੂੰ ਦੱਸਿਆ ਖਾਣ ਪੀਣ ਨੂੰ ਤੇ ਇੱਥੇ ਮੇਰਾ ਛੋਟਾ ਜਿਹਾ ਮੰਦਿਰ ਬਣਾਇਆ ਹੈ ਜਿਆਦਾ ਵੱਡਾ ਤਾਂ ਹੈ ਨਹੀਂ ਹਨਾ ਵੀ ਜੇ ਮੈਂ ਤੁਹਾਨੂੰ ਮੈਂ ਕਹਾ ਵੀ ਪੂਜ ਰੂਮ ਆਡਾ ਜਾਂ ਜਿਵੇਂ ਆ ਹਨਾ ਵੀ ਇੱਥੇ ਹੀ ਆਪਾਂ ਚਲੋ ਸ਼ਰਧਾ ਹੁਣੀ ਚਾਹੀਦੀ ਹੈ ਹਨਾ ਮਨ 'ਚ ਵੀ ਇੱਥੇ ਆਪਾਂ ਜੋਤ ਲਾਉਣੀ ਹੈ ਜੀ ਜ਼ਰੂਰ ਹਨਾ ਵੀ ਇਹ ਮੈਂ ਸਾਫ਼ ਕਰ ਲਿਆ ਐਨ ਚੰਗੀ ਤਰ੍ਹਾਂ ਅ ਕਲੀਨ ਕਰ ਲਿਆ ਸੀਗਾ ਤੇ ਇੱਥੇ ਨਾ ਮੈਨੂੰ ਜੋਤ ਲਾਉਣ ਨੂੰ ਇੱਕ ਬਹੁਤ ਔਖਾ ਲੱਗਦਾ ਜੇ ਮੈਂ ਜੋਤ ਲਾਉਣੀ ਹੈ ਥੋੜਾ ਜਿਹਾ ਲੱਗ ਗਿਆ ਆਪਣੇ ਉੱਚਾ ਜਿੰਨੇ ਜੇ ਕਿਸੇ ਨੂੰ ਪਤਾ ਮੈਨੂੰ ਜਰੂਰ ਦੱਸਿਓ ਵੀ ਜੋਤ ਜ਼ਰੂਰੀ ਹੁੰਦਾ ਵੀ ਬੈਠ ਕੇ ਹੀ ਲਾਉਣੀ ਹੁੰਦੀ ਆ ਜਾਂ ਆਪਾਂ ਖੜ ਕੇ ਵੀ ਲਾ ਸਕਦੇ ਹਾਂ ਪਲੀਜ਼ ਜੇ ਮੈਨੂੰ ਕਿਸੇ ਨੂੰ ਵੀ ਪਤਾ ਹੋਇਆ ਤਾਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲਾਉਨੇ ਆ ਤੁਸੀਂ ਹਨਾ ਵੀ ਬੈਠ ਕੇ ਜ਼ਰੂਰੀ ਹੁੰਦੀ ਹੈ ਜਾਂ ਆਪਾਂ ਖੜ ਕੇ ਵੀ ਲਾ ਸਕਦੇ ਆ ਤੇ ਲੋ ਜੀ ਮੈਂ ਮੰਦਰ ਵੀ ਕਰ ਲੂੰਗੀ ਐਨ ਕਲੀਨ ਸਾਫ ਤੇ ਜਿਹੜੇ ਆਪਣੇ ਸਪੈਸ਼ਲ ਗੈਸਟ ਆਉਣੇ ਸੀ ਅੱਜ ਮੈਂ ਤੁਹਾਨੂੰ ਦੱਸਿਆ ਪਿੱਛੇ ਵੀਡੀਓ ਚ ਹਨਾ ਅ ਉਹਨਾਂ ਨੇ ਆਉਣਾ ਸੀਗਾ ਗੁਰਦੀਪ ਦੇ ਨਾਲ ਹੀ ਸ਼ਾਮ ਨੂੰ ਜਲਦੀ ਨਹੀਂ ਆਉਣਾ ਸੀਗਾ ਸ਼ਾਮ ਨੂੰ ਆਉਣਾ ਸੀ ਉਹ ਰਾਤ ਦੇ ਗੈਸਟ ਸੀਗੇ ਉਹ ਰਾਤ ਤੱਕ ਹੀ ਪਹੁੰਚਣਗੇ ਆਪਣੇ ਕੋਲ ਦਿਨ ਚ ਨਹੀਂ ਆਉਣਾ ਸੀਗਾ ਉਹਨਾਂ ਨੇ ਉਹਨਾਂ ਦੇ ਆਉਣ ਦੀ ਵੀ ਤਿਆਰੀ ਕਰਨੀ ਸੀਗੀ ਮੈਂ ਤਿਆਰੀ ਤਾਂ ਚਲੋ ਕੀ ਕਰਨੀ ਸੀਗੀ ਹਨਾ ਸਿੰਪਲ ਜੀ ਉਹ ਵਸ ਮੈਂ ਕਾਲੀ ਦਾਲ ਧਰੀ ਹੋਈ ਸੀਗੀ ਮੇਰੀ ਕਾਲੀ ਦਾਲ ਬਣਾਈ ਸੀਗੀ ਮੈਂ ਉਹਦੇ ਨਾਲ ਦੀ ਨਾਲ ਤੜਕਾ ਵੀ ਲਾਉਣ ਲੱਗੀ ਸੀ ਉਹਨੂੰ ਲਸਣ ਪਿਆਜ਼ ਤੇ ਹਰੀ ਮਿਰਚ ਟਮਾਟਰ ਵਗੈਰਾ ਪਾ ਕੇ ਸਿੰਪਲ ਜਿਹੇ ਤਰੀਕੇ ਨਾਲ ਲਾਇਆ ਸੀ ਆਪਾਂ ਤੜਕਾ ਉਹਨੂੰ ਤੇ ਕੋਲੇ ਕੁੱਟ ਲੂੰਗੀ ਮੈਂ ਧਨੀਏ ਤੇ ਪਤਿੰਨੇ ਦੀ ਚਟਨੀ ਮੈਂ ਕਿਹਾ ਚਲੋ ਦਾਲ ਨਾਲ ਦੇਖੋ ਇਹ ਚਟਨੀ ਵਗੈਰਾ ਹਨਾ ਟੇਸਟੀ ਲੱਗਦੀ ਆ ਸਿੰਪਲ ਜੀ ਆਏ ਹੋਵੇ ਕਈ ਵਾਰ ਇਹ ਹੋ ਜਾਂਦਾ ਆਪਾਂ ਹੈਵੀ ਹੈਵੀ ਚੀਜ਼ਾਂ ਖਾ ਕੇ ਵੀ ਅੱਕ ਜਾਂਦੇ ਆ ਤਲੇ ਆ ਫਲਿਆ ਖਾ ਕੇ ਬਹੁਤ ਜ਼ਿਆਦਾ ਫਿਰ ਉਹ ਦਿਲ ਜਾ ਭਰ ਜਾਂਦਾ ਏ ਕਿਉਂਕਿ ਦੇਖੋ ਜੀ ਮੈਂ ਦਾਲ ਤੇ ਚਟਨੀ ਤਾਂ ਬਣਾਈ ਸੀ ਕਿਉਂਕਿ ਗੁਰਦੀਪ ਨੂੰ ਮੈਂ ਆਲਰੇਡੀ ਕਹਤਾ ਸੀਗਾ ਵੀ ਸ਼ਾਮ ਨੂੰ ਤੁਸੀਂ ਆਉਂਦੇ ਹੋ ਡੋਸਾ ਲੈ ਕੇ ਆਇਓ ਪਹਿਲਾਂ ਦੇਖੋ ਫਿਰ ਅਸੀਂ ਡੋਸਾ ਖਾਣਾ ਸੀਗਾ ਡੋਸੇ ਤੋਂ ਬਾਅਦ ਹੀ ਡਿਨਰ ਕਰਨਾ ਸੀ ਜਿਨੇ ਇੱਕ ਰੋਟੀ ਖਾਣੀ ਹੈ ਪਤਾ ਨਹੀਂ ਖਾਣਗੇ ਵੀ ਪਤਾ ਨਹੀਂ ਇਹ ਵੀ ਨਹੀਂ ਮੈਨੂੰ ਪਤਾ ਹੈਗਾ ਵੀ ਉਹ ਨਹੀਂ ਕਿ ਫਿਰ ਮੈਂ ਰੋਟੀ ਮੈਂ ਕਿ ਫੁਲਕੇ ਚਲੋ ਮੈਂ ਜਦੇ ਬਣਾ ਲੂੰਗੀ ਵੀ ਜਿਹੜੇ ਹਸਾਬ ਨਾਲ ਜਿੰਨੇ ਵੀ ਖਾਣੇ ਹੋਣਗੇ ਵੀ ਪਹਿਲਾਂ ਮੈਂ ਆਪਣਾ ਦਾਲ ਨੂੰ ਤੜਕਾ ਲਾ ਕੇ ਤੇ ਚਟਨੀ ਬਣਾ ਕੇ ਰੱਖ ਲਈ ਸੀਗੀ ਮੰਮੀ ਡੈਡੀ ਦੇ ਫੁਲਕੇ ਜੀ ਜਲਦੀ ਬਣਾ ਦੂੰਗੀ ਕਿਉਂਕਿ ਮੰਮੀ ਡੈਡੀ ਹੋਣੀ ਡੋਸਾ ਨਹੀਂ ਖਾਂਦੇ ਬਜ਼ੁਰਗ ਨਹੀਂ ਖਾਂਦੇ ਉਹਨਾਂ ਨੂੰ ਨਹੀਂ ਵਧੀਆ ਲੱਗਦਾ ਅਜੇ ਮੇਰੇ ਪੇਕੇ ਘਰ ਵੀ ਕੋਈ ਡੋਸਾ ਨਹੀਂ ਖਾਂਦਾ ਜੀ ਉਹਨਾਂ ਨੂੰ ਮੈਂ ਹੱਸਦੀ ਸੀ ਮੈਂ ਕਿ ਆਪਾਂ ਡੋਸੇ ਮੰਗਾਈ ਖਾਈਏ ਕਿ ਸਾਨੂੰ ਨਹੀਂ ਵਧੀਆ ਲੱਗਦੇ ਅਸੀਂ ਨਹੀਂ ਖਾਣੇ ਹੈਗੇ ਤੂੰ ਹੀ ਖਾ ਲੈ ਉਹਨਾਂ ਨੂੰ ਦੇਖੋ ਜਿਹੜੀ ਚੀਜ਼ ਆਪਾਂ ਖਾਣ ਲੱਗ ਜੰਨੇ ਆ ਉਹ ਚੀਜ਼ ਐ ਫਿਰ ਵਧੀਆ ਲੱਗਦੀ ਐ ਨਹੀਂ ਤਾਂ ਨਹੀਂ ਵਧੀਆ ਲੱਗਦੀ ਤਾਂ ਕਰਕੇ ਡੋਸਾ ਕਿਸੇ ਕਿਸੇ ਨੂੰ ਇਹ ਪਸੰਦ ਆਉਂਦਾ ਐ ਵੈਸੇ ਮੈਨੂੰ ਬਹੁਤ ਵਧੀਆ ਲੱਗਦਾ ਹੁਣ ਯੂਵੀ ਨੂੰ ਵੀ ਬਹੁਤ ਵਧੀਆ ਲੱਗਦਾ ਪਹਿਲਾਂ ਨਹੀਂ ਸੀ ਅਸੀਂ ਖਾਂਦੇ ਹੁੰਦੇ ਹੁਣ ਆਤ ਬਣ ਗਈ ਪਰ ਹੁਣ ਬੜਾ ਟੇਸਟੀ ਲੱਗਦਾ ਤੇ ਲਓ ਜੀ ਸਪੈਸ਼ਲ ਗੈਸਟ ਨੇ ਆਪਣੇ ਪਹੁੰਚ ਚੁੱਕੇ ਨੇ ਮਿਲੋ ਆਪਣੀ ਕਿਊਟ ਜੀ ਹਨੀਤ ਨੂੰ ਅਸੀਂ ਆਪਣਾ ਮੈਂ ਤੇ ਕਮਲ ਨੇ ਹਨਾ ਸਾਰੇ ਨੇ ਅਸੀਂ ਡੋਸਾ ਖਾ ਲਿਆ ਸੀਗਾ ਇਹ ਗਰਦੀਪ ਰਹਿੰਦੇ ਸੀ ਏ ਲੱਗੀ ਹੂਆ ਕਮਲ ਪਤਾ ਨਹੀਂ ਕੀ ਕਰਦੀ ਸੀ ਫੋਨ ਤੇ ਤੇ ਮੰਮੀ ਵੀ ਫਿਰ ਰਹੀ ਸੀ ਉਹਦੇ ਆਲੇ-ਦਾਲੇ ਇਹ ਆਪਣੇ ਭਰਾ ਤੇ ਨਾ ਆਪਣੇ ਬਾਪੂ ਨੂੰ ਖਾਣਣ ਲੱਗੀ ਹੈ ਦੋਸਾ ਦੇਖੋ ਬੈਠ ਕੇ ਤੇ ਉਹਨਾਂ ਤੋਂ ਬਾਅਦ ਸ਼ਰਾਰਤਾਂ ਕਰਨ ਤੋਂ ਬਾਅਦ ਅਸੀਂ ਹੁਣ ਲੱਗੇ ਸੀਗੇ ਜੀ ਇਹ ਸੀਗਾ 9:30 ਦਾ ਟਾਈਮ ਸੀਗਾ ਇੱਥੇ ਲੱਗੇ ਸੀਗੇ ਡਿਨਰ ਕਰਨ ਵੀ ਜਿੰਨੀ ਕੁ ਰੋਟੀ ਮੈਂ ਕਿਹਾ ਜਿੰਨੀ ਕੁ ਖਾਣੇ ਆ ਵੀ ਆਜੋ ਖਾ ਲਿਓ ਹੁਣ ਤਾਂ ਕਾਫੀ ਲੇਟ ਹੋ ਗਿਆ ਕਿਉਂਕਿ ਦੋਸਾ ਸੀ 7:00 ਵਜੇ ਸਾਡੇ 6:30 ਵਜੇ ਖਾ ਲਿਆ ਸੀਗਾ ਹਾਂਜੀ ਇਹ 2 ਘੰਟੇ ਬਾਅਦ ਦੀ ਵੀਡੀਓ ਆ ਸਾਡੇ 9:30 ਵਜੇ ਦੀ ਵੀਡੀਓ ਆ ਇੱਥੇ ਅਸੀਂ ਖਾਣ ਲੱਗੇ ਸੀਗੇ ਖਾਣਾ ਰਾਤ ਦਾ ਮੈਂ ਕਿਹਾ ਚਲੋ ਭਾਈ ਹੁਣ ਰੋਟੀ ਰੁੱਟੀ ਖਾ ਲਈਏ ਸੋਈਏ ਕਿਉਂ ਵੀ ਨਾ ਦੇਖੋ ਜੀ ਜਾਣਾ ਸੀਗਾ ਮਾਰਨਿੰਗ 'ਚ ਸਕੂਲ ਇਹ ਇਹਨਾਂ ਨੂੰ ਕਮਲ ਨੂੰ ਮੈਂ ਹੀ ਫੋਨ ਕਰਕੇ ਸੱਦ ਲਿਆ ਸੀ ਮੇਰਾ ਦਿਲ ਜਿਆ ਨਹੀਂ ਸੀ ਲੱਗਦਾ ਕਈ ਦਿਨ ਦਾ ਮੈਂ ਕਿਹਾ ਚੱਲ ਤੂੰ ਆ ਜਾ ਕਮਲ ਇੱਕ ਰਾਤ ਰਹਿ ਜਾ ਕਾਫੀ ਚੇਅਰ ਹੋ ਗਿਆ ਸੀ ਜੀ ਅਸੀਂ ਹਨਾ ਰਹੀਬ ਨਹੀਂ ਸੀਗੀ ਇਹ ਹੁਣ ਕਿਉਂਕਿ ਪਹਿਲਾਂ ਦੇਖੋ ਅਸੀਂ ਵਿਆਹ ਚੱਲ ਜੇ ਰਹੇ ਉਦੋਂ ਪਹਿਲਾਂ ਵਿਆਹ ਦੀਆਂ ਤਿਆਰੀਆਂ ਵਿੱਚ ਚੱਲ ਜੇ ਰਹੇ ਮੇਰਾ ਤਾਂ ਚੱਕਰ ਲੱਗ ਗਿਆ ਸੀ ਉੱਥੇ ਕਈ ਵਾਰ ਇਨਾਂ ਦਾ ਇਹ ਹੁੰਦਾ ਸੀ ਵੀ ਆਉਂਦੇ ਸੀ 10 ਮਿੰਟ ਚ ਫੇਰ ਮੁੜ ਜਾਂਦੇ ਸੀ। ਉਹਨਾਂ ਚਰਚਤਾ ਦੀ ਗੱਲਾਂ ਵੀ ਨਹੀਂ ਹੁੰਦੀਆਂ ਹੈਗੀਆਂ। ਭਾਣਾ-ਭਾਣਾ ਨੇ ਗੱਲਾਂ ਵੀ ਬਹਿ ਕੇ ਸੌ ਦੁੱਖ ਸੁੱਖ ਕਰ ਲਈ ਹੁੰਦੇ ਨੇ। ਆਪਣੇ ਆਪਣੇ ਘਰ ਵਾਲਿਆਂ ਦੀਆਂ ਗੱਲਾਂ ਵੀ ਕਰਨੀਆਂ ਹੁੰਦੀਆਂ ਨੇ। ਤਾਂ ਕਰਕੇ ਮੈਂ ਇਹਨਾਂ ਨੂੰ ਫੋਨ ਕਰਤਾ ਸੀ ਗਰਦੀਪ ਨੂੰ ਮੈਂ ਕਹਾਂ ਤੁਸੀਂ ਆਉਂਦੇ ਹੋਇ ਕਮਲ ਨੂੰ ਲੈ ਕੇ ਆਇਓ। ਕਮਲ ਨੂੰ ਮੈਂ ਪਹਿਲਾਂ ਹੀ ਦਿਨ 'ਚ ਅਮਨ ਤੇ ਕਮਲ ਨੂੰ ਫੋਨ ਕਰਤਾ ਸੀਗਾ ਮੈਂ ਕਹਾਂ ਵੀ ਆਪਣੀ ਭਾਈ ਪੈਕਿੰਗ ਕਰ ਲਾ ਤੇ ਰਵੀਆ ਤੈਨੂੰ ਸ਼ਾਮ ਨੂੰ ਲੈ ਕੇ ਆਊਗਾ। ਤੇ ਇਦਾਂ ਮौज ਹੁੰਦੀ ਹੈ ਜੀ ਇਹਨਾਂ ਦੇ ਖੰਨੇ ਕੰਮ ਤੇ ਜਾਣ ਕਰਕੇ ਸਾਨੂੰ ਬਹੁਤ ਵਧੀਆ ਹੁੰਦਾ ਗਰਦੀਪ ਦਾ ਵੀ ਆਉਂਦੇ ਜ ਦੇਹ ਸਵਾਰੀਆਂ ਢੋ ਦਿੰਦੇ ਨੇ ਸਾਡੀਆਂ ਕਦੇ ਮੈਨੂੰ ਲੈ ਗਏ ਕਦੇ ਕਮਲ ਨੂੰ ਲਿਆਏ ਇਦਾਂ ਹੁੰਦਾ ਅਸੀਂ ਹੋ ਗਈਆਂ ਫਿਰ ਦਰਾਣੀ ਜਠਾਣੀ ਇਕੱਠੀਆਂ ਪੈਣਾ ਪੈਣਾ ਪਰ ਇੱਕ ਦਰਾਣੀ ਨੂੰ ਅਸੀਂ ਉੱਥੇ ਛੱਡ ਜਾਂਦਾ ਉਹ ਵਿਚਾਰੀ ਰਹਿ ਗਈ ਉਹ ਨਹੀਂ ਆ ਪਾਈ ਹੈਗੀ ਹਨਾ ਤੇ ਇੱਥੇ ਅਸੀਂ ਗਰਦੀਪ ਨੇ ਤੁਹਾਨੂੰ ਦੱਸਿਆ ਜਿਵੇਂ ਮੈਂ ਡੋਸਾ ਹੀ ਖਾਦਾ ਸੀ ਉਹਨਾਂ ਨੇ ਰੋਟੀ ਖਾਦੀ ਉਹਨੇ ਉਹ ਕਹਿੰਦੇ ਮੈਂ ਨਹੀਂ ਖਾਣਾ ਅਸੀਂ ਇੱਥੇ ਬਸ ਆਪਣਾ ਕੰਮ ਕਰ ਲਿਆ ਸੀ ਲਓ ਜੀ ਖਾਣਾ ਸੀ ਖਾ ਲਿਆ ਕੰਮ ਸਾਰੇ ਕਰ ਲਏ ਹਨਮਾ ਹਨਮਾ ਇਹ ਹੁਣ ਅਸੀਂ ਲੱਗੇ ਹੋਇਆ ਖਾਪ ਪੋਣ ਹੈਲੋ ਗイズ ਇੰਜੋਏ ਕਰਨ ਤੇ ਉਹ ਲੱਗੇ ਹੋਣ ਮੇਰੇ ਛੋਟੇ ਭੈਣ ਜੀ ਨਾ ਜਿਹੜੇ ਛੋਟੇ ਨੇ ਉਹ ਫੋਨ ਤੇ ਲੱਗੇ ਹੋਣ ਬਿਜ਼ੀ ਨੇ ਬਹੁਤ ਬਿਜ਼ੀ ਨੇ ਤੇ ਆ ਦੇਖੋ ਮੈਡਮ ਜੀ ਕੀ ਕਰਦੇ ਨੇ ਇਹ ਆ ਤੋੜ ਕੇ ਨਾ ਕਹਿੰਦੀ ਖੋਲਿਓ ਆ ਦੇਖੋ ਇਹਨੇ ਮੇਰਾ ਉਹ ਤੋੜਤਾ ਦੇਖੋ ਇੱਕ ਡੱਡੀ ਤੋੜਤਾ ਹਨੀਤ ਨੇ ਦੋਤੋਂ ਹਨਾ ਹਨੀਤ ਤੋੜਤਾ ਨਾ ਦੂਜਾ ਵੀ ਕਹਿੰਦੀ ਖੋਲ ਦੋ ਮੈਂ ਕਿਹਾ ਖੁੱਲਿਆ ਨਹੀਂ ਟੁੱਟ ਗਿਆ ਹਾਏ ਹਾਏ ਤੋੜਤਾ ਕਿੰਨਾ ਜ਼ੋਰ ਲਾਉਂਦੀ ਐ ਪੂਰਾ ਟੇਬਲ ਹੀ ਤੋੜਤਾ ਦਾ ਹੁਣ ਬਾਪੂ ਜੀ ਨੇ ਕੁੱਟਣਾ ਆਪਾਂ ਨੇ ਬਚਾਉਣੀ ਹੈਗੀ ਆ ਦੇਖ ਲੈ ਯੂ ਵੀ ਯੂ ਵੀ ਦੇਖ ਲੈ ਉਹ ਯੂ ਵੀ ਲੱਗਿਆ ਹੋਇਆ ਜੀ ਆਪਣਾ ਫੋਨ ਤੇ ਜਿੰਨੇ ਮੈਂਬਰ ਉਨੇ ਹੀ ਫੋਨ ਤੇ ਲੱਗੇ ਹੋਏ ਨੇ ਆਪਣੇ ਕੋਈ ਕਿਸੇ ਨਾਲ ਬੋਲਣ ਦਾ ਟਾਈਮ ਨਹੀਂ ਹੁਸੀਂ ਇਕੱਠੇ ਹੋਏ ਹੋਇਆ ਬੋਲ ਪੋ ਭਾਈ ਦੇਖ ਲੋ ਦੇਖ ਲੋ ਹੈਲੋ ਕਰ ਦਿਓ ਜੀ ਕੋਈ ਨਹੀਂ ਮम्मा ਬੱਲੇ ਆਪਾ ਬਾਪੂ ਜੀ ਕੋ ਜਾ ਕੇ ਇਹ ਦੇਸੀ ਨਾ ਆਪਣੇ ਹਸਬੰਦ ਕਰਤੇ ਕਮਰੇ ਚੋਂ ਬਾਹਰ ਅੱਜ ਅੱਜ ਉਹਨਾਂ ਨੂੰ ਕਹਿਤਾ ਵੀ ਤੁਹਾਨੂੰ ਕਮਰੇ ਚ ਐਂਟਰੀ ਨਹੀਂ ਦੇਣੀ ਹੈਗੀ ਆਪਣੀ ਬਾਹਰ ਪਾਓ ਆਹ ਖੁੰਝੇ ਲਾਤੇ ਆਪਾਂ ਅੱਜ ਆਹ ਦੇਖੋ ਜੀ ਉਹਨਾਂ ਨੂੰ ਪਾਤਾ ਫੁੱਟੇ ਉਹ ਸੁਣ ਲੱਗੇ ਹੋਏ ਨੇ ਕੌਣ ਦੀ ਸੁਣਦੇ ਹੋ Nusrat Fali Fateh Fateh ਹੈ ਨਾ Nusrat Fateh Ali Khan ਮੁਸਰਤ ਫਤਿਹ ਅਲੀ ਖਾਨ ਕਾ ਮੁਸਰਤ ਫਤਿਹ ਅਲੀ ਖਾਨ ਵੀਰੇ ਇਹ ਕਿਹਨੇ ਜੀ ਬੰਦੇ ਨੇ ਤੁਸੀਂ ਮੁਸਰਤ ਫਤਿਹ ਅਲੀ ਖਾਨ ਸੁਣਾ ਰਹੇ ਹੋ ਮੁਸਰਤ ਫਤਿਹ ਅਲੀ ਖਾਨ ਹਾਂ ਇਹ ਦੇਖੋ ਜੀ ਭੈਣ ਭਾਈ ਇਕੱਠੇ ਹੋ ਗਏ ਭੈਣ ਭਾਈ ਇਕੱਠੇ ਹੋ ਗਏ ਹੁਣ ਮੇਰਾ ਮਜ਼ਾਕ ਉਡਾ ਰਹੇ ਨੇ ਦੋਨੇ ਜਣੇ ਇਹਨਾਂ ਨੂੰ ਅਸੀਂ ਬਾਹਰ ਕਰਤਾ ਕਮਰੇ ਜੋ ਮੈਂ ਆਪਣੇ ਚੋਦੇ ਆਊਟ ਕਮਰੇ ਉਸੇ ਕੋ ਬਾਹਰ ਜਾਈਏ ਸੋ ਚੱਲ ਲੈ ਹਾਂ ਨਹੀਂ ਤੇਰੇ ਵੀਰੇ ਨੂੰ ਕੱਢਿਆ ਤੈਨੂੰ ਥੋੜੀ ਬਾਈ ਬਾਈ ਇਹ ਹਨੀਤ ਆਪਣੀ ਮਸਤੀ ਕਰਨ ਲੱਗੀ ਹੋਇਆ ਕਿਸੇ ਦੀ ਕੁਝ ਨਹੀਂ ਸੁਣਦੀ ਹੈਗੀ ਤੇ ਲਓ ਜੀ ਗੱਡੀ ਤੇ ਖਸੌਣਗੇ ਤੇ ਮੈਂ ਤਾਂ ਮਜ਼ਾਕ ਕਰਦੀ ਆ ਇੱਥੇ ਸੌਣਗੇ ਅਸੀਂ ਅੰਦਰ ਸੌਣ ਲੱਗੇ ਆ ਤੇ ਲਓ ਜੀ ਵੀਡੀਓ ਦਾ ਹੁਣ ਆਪਾਂ ਕਰਦੇ ਆ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਜਰੂਰ ਕਰਕੇ ਜਾਇਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਮਿਲਦੇ ਹਾਂ ਜੀ ਥੋੜ੍ਹਾ ਨਵੀਂ ਵੀਡੀਓ 'ਚ ਓਕੇ ਜੀ ਬੇਟਾ ਟੇਕ ਕੇਅਰ ਬਾਈ ਚਲਦੀ ਆ ਦੇਖੋ ਜੀ ਅਸੀਂ ਮੈਚ ਮੈਚਿੰਗ ਮੈਚਿੰਗ ਕਰੀਏ ਦੋਨਾਂ ਨੇ ਹੈ ਨਾ ਮਾਤੀ ਨੇ ਮੈਚਿੰਗ ਕਰ ਲਈ ਹੈ ਨਾ ਤੇ ਮੇਰੇ ਮਾਂ ਦੇ ਚੱਲਣ ਨੂੰ ਲਾਈਕ ਕਰ ਦਿਓ ਲਾਈਕ ਕਰੋ ਸ਼ੇਅਰ ਵੀ ਕਰ ਦਿਓ ਜ਼ਰੂਰ ਕਰਿਓ ਇਹ ਕਿਹਾ ਕਰ ਤੋ ਕਹਿਣਾ ਹੁੰਦਾ ਲਓ ਜੀ ਬਾਏ 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 ਸਾਰੇ